माशाल्लाह बहुत प्यारा देसी मुर्गा पक्या। उन्होंने सेवियां बनाईया नजर फिर पै गई। अल्लाह रहमान रहीम। सुबह सुबह गुड मॉर्निंग। असि नाश्ता कर रहे हैं तो बच्चे आ चेक करो जी मच्छी दे बट कढ़न रहे हैं कल दे सारे। मच्छी किदां लगदा खा के? वधिया लगदा डिश तेनू? अच्छा सुबह सुबह नाश्ता मच्छी का करके ते हुण पहले तो अम्मी होना लगाई सी रोटी उहदे नाल सी साग साग खादा साग खा के ते हुण कल असी शामी बना ली सी मछली ते हुण जिहड़ी है ना वह बच्चे नूं साफ करके आ चेक करो जी साफ करके दित्ती सीगी ते थोड़ी थोड़ी रह गई इहनां दी ते अज दित्ती है सवेरा ने साफ करके अगे चल मैं विच कोशिश करदा सी ते मेरे यानी कि बच्चियां नूं दित्ती होवे ना साफ करके सवेरा ने ते मैनू ना धुड़कू जिहा रहिंदा मैं अपने हाथ नाल साफ करके देवां ना फिर क्योंकि मैनू इन्ना पता भी सवेरा दवा दव साफ करनी इहदे विच कोई ना कोई कंडा रह जाणा ते बच्चियां नूं बहुत यानी कि साफ करके देनी औखी है ते आ चेक करो जी सारे अपने अपने मज़ेदार मज़ेदार ठीक है जी ते सुबह दा टाइम धुंद बहुत है बाहर ते किदां मज़ा आया अज कोहली तेरी नजर आ रही है ने सेवियां बनाईया चेक करो आई सेवियां सही बनी है आज मेरा भी दिल कर रहा है खाने दिल ला तू सेवी ओ मैं उते क्यों पान लगी हां अच्छा देसी हां अच्छा जी साडे को देसी क्यों भी नजर आ गया अच्छा कोई नहीं अल्लाह मालिक खैर ओ सेवियां के वाली अलीशा देबू नु पसंद ना दूसरी इनन भी नहीं पसंद ਜਿਹੜੀਆਂ ਨਾ ਪਾਣੀ ਵਾਲੀਆਂ ਜਾਂ ਲੱਸੀ ਵਾਲੀਆਂ ਲੱਸੀ ਵਰਗੀਆਂ ਹੋ ਜਾਂਦੀਆਂ ਮਤਲਬ ਅੱਛਾ ਜੀ ਤਕਰੀਬਨ 4 ਕੁ ਦਾ ਟਾਈਮ ਆ ਤਾਂ ਸੂਰਜ ਹਜੇ ਵੀ ਨਹੀਂ ਨਿਕਲਿਆ ਮੈਂ ਇੱਥੇ ਬਾਲਣ ਪਾੜਿਆ ਅਤੇ ਆਹ ਦੇਖ ਲਓ ਓਏ ਇਹ ਕੀ ਕਰਨ ਨੇ ਆਹ ਚੈੱਕ ਕਰੋ ਜੀ ਉੱਥੇ ਰੱਖ ਦਿਓ ਨਾ ਗੋਰੀ ਗੁੱਲ ਕਰੋ ਗੁੱਲ ਨਾ ਕਰੋ ਉੱਥੇ ਰੱਖ ਦਿਓ ਅੱਛਾ ਜੀ ਸਮਾਨ ਹੋਣੀ ਚੁੱਕ ਕੇ ਅੰਦਰ ਰੱਖਣ ਅੱਗੇ ਆਹ ਦੇਖ ਲਓ ਜੀ ਇੱਥੇ ਮੈਂ ਮਿੱਠੇ ਦਾ ਵੀ ਲੈ ਕੇ ਆਇਆ ਸੀ ਮੈਂ ਕਿਹਾ ਸਰਦੀ ਕਾਫੀ ਜ਼ਿਆਦਾ ਸਵੇਰਾ ਦੇ ਕੰਮ ਚੈੱਕ ਕਰੋ ਜੀ बाल्टी दे वेच ही जेड़े ये बालन उतो बारो चुक चुक लिया के ना उत अंदर रखन डे ओ एक एक ले जाओ एक एक दो दो टिंगरी ज्यादा नहीं सारे ना चुको नहीं इन्नी कोशिश नहीं कर देखो खड़ी कर दे पे भी सूख जावे इधर देखो ओ ते खड़ा कर दे पे चलो जी क्या सही है खिला लियो मानी ने चुक लिया ओ का सका हो के हट जा पर हट जा भी हट जा बालन लाके गड्डी नु जान दे ते लीशा अंदर बैठी काका लाके देख लो लीशा लीशा सोना काका खेड़दा तेरना तेरना खेड़दा हैं ये चूसनी दी हर तू चूसनी ना इतना दे काम नहीं करी था गंदे एक आके तो उठले आ चूसनी दी तेरे टक्का ना रोंदा तो नहीं अरे कौन जाग गया बिल्ला बिल्ला जाग गया चूसनी मुझ भाई सीधी करके तो पाप होनी थे अच्छा जी गैस वाला चूल्हा सी आ रखा पुठी कर लेना ਚੈੱਕ ਕਰੋ ਲੀਸ਼ਾ ਆਪਣਾ ਖਿਡਾਉਣ ਡਈ ਕਾਕੇ ਨੂੰ ਅਤੇ ਹੁਣ ਸਮੇਰਾ ਕਹਿੰਦੀ ਸੀ ਮੈਂ ਨਾ ਤੁਹਾਨੂੰ ਬਰਤਨ ਧੋ ਦਿੰਦੀ ਅਤੇ ਸਮੇਰਾ ਦੇਖੋ ਬਾਹਰ ਬਰਤਨ ਧੋਣ ਡਈ ਅਤੇ ਅਸੀਂ ਮੈਂ ਬਾਲਣ ਪਾੜ ਕੇ ਹਟਿਆ ਪਹਿਲਾਂ ਚੈੱਕ ਕਰ ਲਓ ਜੀ ਸਾਡੇ ਕੋਲ ਮੌਸਮ ਕਿੱਦਾਂ ਦਾ ਅਤੇ ਮੌਸਮ ਜਿਹੜਾ ਨਾ ਸਾਰੀ ਦਿਹਾੜੀ ਨਿਕਲ ਗਈ ਆ ਹੁਣ ਅਜੇ ਅੱਗੇ ਧੁੱਪ ਨਿਕਲ ਆਈ ਸੀ ਕੱਲ੍ਹ ਅਤੇ ਅੱਜ ਨਹੀਂ ਨਿਕਲੀ ਬਾਲਣ ਉਹ ਚੈੱਕ ਕਰੋ ਉੱਥੇ ਲਾ ਦਿੱਤਾ ਅਤੇ ਸਮੇਰਾ ਨੇ ਬਰਤਨ ਵੀ ਧੋ ਲਏ ਕੁਕਿੰਗ ਜਿਹੜੀ ਨਾ ਅੰਦਰ ਕਰਨੀ ਸੀ ਅਸੀਂ अच्छा जी शाम का टाइम हो गया जे अम्मी हलों आया गोशत का सालन ते रोटियां ते सवेरा हाँ जी मैं भांडे संभाल दी फिर भांडे छड़ के
अच्छा जी ਲਿਸ਼ਾ ਚੈੱਕ ਕਰੋ ਜੀ ਕਾਕਾ ਵੀ ਫੜ ਕੇ ਉਹਨਾਂ ਦੀ ਬੈਠੀ ਹੈ ਲਾਈਟ ਸਾਡੀ ਬਲ ਗਈ ਹੈ ਸ਼ਾਮ ਦਾ ਟਾਈਮ ਹੋ ਗਿਆ ਅਤੇ ਸੁਭਾਨ ਨੂੰ ਬਹੁਤ ਭੁੱਖ ਲੱਗੀ ਸੀ ਚੈੱਕ ਕਰੋ ਓਏ ਹੋਏ 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 ਮੂੰਹ ਦੇਖੋ ਲਬੋੜੇ ਇਹਨਾਂ ਨੇ ਭੁੱਖ ਲਵਾ ਕੇ ਲੱਗੀ ਹੈ ਸਵੇਰ ਦੀ ਖਾਧੀ ਹੈ ਅਤੇ ਦੁਪਹਿਰੀ ਬਸ ਐਵੇਂ ਨਹੀਂ ਖਾਈ ਦੀ ਹੁਣ ਅਤੇ ਅੱਲਾ ਖੈਰ ਕਰੇ ਦੁਪਹਿਰੇ ਸੇਵੀਆਂ ਦਿੱਤੀਆਂ ਸੀ ਬਣਾ ਕੇ ਅਤੇ ਹੁਣ ਮੰਮੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸੁਭਾਨ ਕਿੱਦਾਂ ਲੱਗਦਾ ਸਾਲਣ ਵਧੀਆ ਲੂਣ ਘੱਟ ਤਾਂ ਨਹੀਂ ਲੂਣ ਘੱਟ ਅਤੇ ਲੂਣ ਲੈਣ ਗਿਆ ਸੁਭਾਨ ਕਹਿੰਦਾ ਲੂਣ ਘੱਟ ਉਹ ਲੈ ਆਇਆ ਡੱਬਾ ਦਵਾਂ ਦਾ ਇਹਨੂੰ ਬੜਾ ਪਤਾ ਲੱਗਦਾ ਵੀ ਲੂਣ ਘੱਟ ਹੈ ਨਾ ਸ਼ਾਮ ਦਾ ਟਾਈਮ ਅਸੀਂ ਦੇਖ ਲਓ ਸਾਰੇ ਗੋਸ਼ਤ ਨੇ ਰੋਟੀ ਖਾਣ ਲੈ ਚੈੱਕ ਕਰੋ ਜੀ ਮਾਸ਼ਾਅੱਲਾ ਬਹੁਤ ਪਿਆਰਾ ਦੇਸੀ ਮੁਰਗਾ ਪੱਕਿਆ ਰੋਟੀਆਂ ਸੁਮੇਰਾ ਨੂੰ ਵੀ ਰੋਟੀ ਦੇ ਦਿੱਤੀ ਚੈੱਕ ਕਰੋ ਜੀ ਮਾਸ਼ਾਅੱਲਾ ਕਿੱਦਾਂ ਵਧੀਆ ਦੇਸੀ ਘਿਓ ਵੀ ਉਹਨੇ ਪਾਇਆ ਬੂਹਾ ਬੰਦ ਕੀਤਾ ਸੀ ਅਤੇ ਅਸੀਂ ਆਪ ਹੀ ਲੱਗੇ ਹਾਂ ਰੋਟੀ ਚਲੋ ਜੀ ਮੱਗਾ ਫਿਰ ਕੱਪ ਬਾਹਰ ਨਿਕਲਾਇਆ ਅਤੇ ਬਹੁਤ ਨੁਕਸਾਨ ਕਰਦਾ ਮੈਂ ਥੋੜ੍ਹੀ ਦੇਰ ਪਹਿਲਾਂ ਰਖਵਾਇਆ ਇਹ ਫਿਰ ਹੁਣ ਨਾ ਭਰਿਆ ਪਿਆ ਚੈੱਕ ਕਰ ਲਓ ਚਾਹ ਦਾ ਹੁਣ ਇੰਨੀ ਚਾਹ ਬਾਰਾ ਖਾਂ ਦਿੰਦਾ ਸੀ ਨੁਕਸਾਨ ਬਹੁਤ ਕਰ ਆਉਂਦਾ ਨਜ਼ਰ ਫਿਰ ਪੈ ਗਈ ਮੈਂ ਚਾਹ ਪੀਣੀ ਸੀਗੀ ਮੈਂ ਕਿਹਾ ਚਲੋ ਰੱਖਦਾ ਹੁੰਦਾ ਬਾਬਾ ਨਿੱਘਾ ਹੋ ਜਾਂਦਾ ਇਹਨਾਂ ਦੀ ਨਜ਼ਰ ਫਿਰ ਨਹੀਂ ਰਹੀ ਮੈਂ ਚੁੱਪ ਕਰਕੇ ਉੱਥੇ ਚੁੱਕੇ ਚੁੱਕ ਲਿਆ ਮੈਂ ਕਿਹਾ ਰਾਤ ਦਿੱਤਾ ਰਾਤਦਾ ਹੁਣ ਬਾਹਰ ਨਿਕਲਿਆ ਤਾਂ ਫਿਰ ਨਜ਼ਰ ਪੈ ਗਈ ਮੈਂ ਆਪਣਾ ਬਿਸਰਾ ਸਿੱਧਾ ਕਰ ਲਿਆ ਅਤੇ ਹੁਣ ਰਹਿ ਗਿਆ ਨੀਸ਼ਾ ਦਾ ਨੀਸ਼ਾ ਇੱਧਰ ਚੈੱਕ ਕਰੋ ਜੀ ਆਪਣਾ ਕਰ ਵੀ ਲਿਆ ਤੁਸੀਂ ਚਲੋ ਸ਼ਾਬਾਸ਼ ਆਪੀ ਨੇ ਬਿਸਤਰਾ ਸਿੱਧਾ ਕਰ ਲਿਆ ਹਾਂ ਚਲੋ ਸ਼ਾਬਾਸ਼ ਚਲੋ ਉਹ ਦੇਖ ਉਹ ਕਰ ਲਿਆ ਆਪੀ ਨੇ ਸੁਭਾਨ ਵੀ ਪੈ ਗਿਆ ਮਹਿਰਾਨ ਵੀ ਲੰਮਾ ਪੈ ਗਿਆ ਅਤੇ ਮੈਂ ਆਪਣੇ 'ਚ ਪੈ ਗਿਆ ਅਤੇ ਸੁਮੇਰਾ ਇਹਦਾ ਪਹਿਲੇ ਰੈਡੀ ਹੈ ਅਤੇ ਇਹ ਲੱਗੀ ਦੁੱਧ ਗਰਮ ਮਿੱਠੀ ਸੌਂਫ ਵਾਲਾ ਮਿੱਠੀ ਸੌਂਫ ਵਾਲਾ ਅਤੇ ਚਲੋ ਜੀ ਸਾਡਾ ਚੁੱਲ੍ਹਾ ਚੱਲ ਗਿਆ ਇਹ ਅਸੀਂ ਕਾਕੇ ਵਾਸਤੇ ਰੱਖਿਆ ਮਿੱਠਾ ਗਰਮ ਦੁੱਧ ਠੰਡਾ ਮਿੱਠਾ ਕਰਨਾ ਪੈਂਦਾ ਇਸ ਤੋਂ ਬਾਅਦ ਚਾਏ ਬਣਾਉਣੀ ਅਤੇ ਫਿਰ ਸੌਣਾ ਅਸੀਂ ਸੋਹਣਾ ਨਹੀਂ ਇਸ ਕਰਕੇ ਅਸੀਂ ਗੈਸ ਵੀ ਕੋਲ ਰੱਖਿਆ ਚੁੱਲ੍ਹਾ ਵੀ ਕੋਲ ਰੱਖਿਆ ਸਾਰੇ ਨੇ ਇੰਤਜ਼ਾਮ ਕਰਕੇ ਰੱਖੇ ਤੇ ਆ ਕਾਕੇ ਦਾ ਹੈਗਾ ਫੀਡਰ ਇੱਧਰ ਦੇਖ ਲੋ ਜੀ ਲੀਸ਼ਾ ਕਾਕੇ ਨੂੰ ਦਬਕੇ ਮਾਰਨ ਡਈ ਇਸ ਬਾਰ ਮਹਿਰਾਨ ਨੂੰ ਬੜੇ ਪਿਆਰ ਨਾਲ ਫਤਿਹ ਆ ਕੇ ਤੇਰਾ ਸਟਾਈਲ ਬਦਲਿਆ ਬਦਲ ਗਿਆ ਦੋ ਚਾਦਰਾਂ ਲਈਆਂ ਉੱਤੇ ਉਹ ਪਤਾ ਆ ਮੈਂ ਚਾਦਰ ਖੇਸ ਲਿਆ ਸੀ ਨਾ ਉੱਤੇ ਸਰਦੀ ਤੋਂ ਸਰਦੀ ਹੈ ਹੀ ਬੜੀ ਅੱਛਾ ਜੀ ਬੂਹਾ ਬਾਤ ਕਰਦਾ ਸੀ ਤੇ ਹੁਣ ਅਸੀਂ ਬਹੁਤ ਜ਼ਿਆਦਾ ਠੰਡ ਉਬਲ ਜਾਵੇ ਠੀਕ ਹੈ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਹੀ ਐਂਡ
ਅੱਜ ਅਸੀਂ ਕਾਕੇ ਨੂੰ ਨਵਾਣਾ ਸੀ ਲੇਕਿਨ ਧੁੱਪ ਨਹੀਂ ਨਿਕਲੀ ਤੇ ਅਸੀਂ ਕਾਕੇ ਨੂੰ ਨਹੀਂ ਨਵਾ ਸਕੇ। ਅੱਲਾ ਖੈਰ ਕਰੂਗਾ, ਅੱਲਾ ਪਾਕ ਸਿੰਦ ਕਰੂਗਾ, ਕੋਈ ਨਹੀਂ ਦੋ ਦਿਨ ਬਾਅਦ ਸਹੀ ਖੈਰ ਇਹ ਵੀ ਧੁੱਪ ਚੜੀ ਤੇ ਨਵਾਵਾਂਗੇ ਕਿਉਂਕਿ ਸਰਦੀ ਦਾ ਮੌਸਮ ਆ ਭੈਣ ਭਰਾ ਬਹੁਤ ਡਰ ਲੱਗਦਾ ਠੰਡ ਤੋਂ। ਮੈਂ ਲਿਸ਼ਾ ਦੇ ਅੱਬੂ ਨੇ ਮੈਨੂੰ ਆਂਡੇ ਵੱਖਰੇ ਲਿਆ ਕੇ ਦਿੱਤੇ, ਜਵੈਣ ਵੱਖਰੀ ਲਿਆ ਕੇ ਦਿੱਤੀ, ਫਿਰ ਅਰਕ ਵੱਖਰਾ ਲਿਆ ਕੇ ਦਿੱਤਾ, ਮਤਲਬ ਕੀ ਕਿ ਫਿਰ ਕੀ ਦੂਸਰਾ ਅੱਡੇ ਤੇ ਗਏ ਸੀ, ਉੱਥੋਂ ਫਿਰ ਇੱਕ ਪੀਸ ਲੱਭਾ ਹਾਕੀ ਦਾ, ਫਿਸ਼ ਦਾ, ਮਛਲੀ ਦਾ, ਉਹ ਸਵੇਰੇ ਅਸੀਂ ਖਾਧੀ ਸੀ, ਮੈਨੂੰ ਦਿਖਾਈ ਸ਼ੇਰ ਕੋ ਖਾਧੀ ਸੀ। ਹਾਂ ਉਹ ਵੀ ਕਹਿੰਦੇ, ਮੈਂ ਕਿਹਾ ਠੰਡ ਆ, ਤੇ ਫਿਰ ਮੈਂ ਇੱਕ ਆਂਡਾ ਰਾਤੀ ਖਾਧਾ ਸੀ, ਫਿਰ ਇੱਕ ਸੁਬਹ ਖਾਧਾ ਸੀ, ਫਿਰ ਜੀ ਕਾਹਵਾ ਪੀਤਾ, ਮਤਲਬ ਕਿ ਨਾ ਆਪਣੇ ਆਪ ਨੂੰ ਗਰਮ ਰੱਖਣ ਵਾਸਤੇ ਨਾ ਕਿੰਨੇ ਹੀ ਹਰਬੇ ਵਰਤੇ, ਕਿਉਂ ਕਿ ਮੈਂ ਨਹਾਤੀ ਸੀ। ਠੀਕ ਹੈ ਜੀ, ਅੱਲਾ ਖੈਰ ਕਰੇ, ਇਨਸ਼ਾਅੱਲਾ ਫਿਰ ਮਿਲਦੇ ਇੱਕ ਨਵੇਂ ਵਲੌਗ ਦੇ ਨਾਲ, ਅਤੇ ਕਾਇੰਡਲੀ ਜੀ ਰਿਕੁਐਸਟ ਹੁੰਦੀ ਹੈ ਮੇਰੀ ਭੈਣ ਭਰਾ ਨੂੰ, ਮੇਰਿਆਂ ਨੂੰ ਪਤਾ ਹੀ ਹੈ ਕਿ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਵੀ ਦੇਣਾ, ਸ਼ੇਅਰ ਵੀ ਕਰਨਾ, ਪਿਆਰਾ ਜਿਹਾ ਲਾਈਕ ਵੀ ਦੇਣਾ, ਅਤੇ ਇੱਕ ਅੱਛਾ ਜਿਹਾ ਕਮੈਂਟ ਵੀ ਕਰਨਾ। ਅੱਲਾ ਪਾਕ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ। ਅੱਲਾ ਹਾਫਿਜ਼।